ਹੈਲੋ ਗਾਇਸ, ਸਤਿ ਸ਼੍ਰੀ ਅਕਾਲ। ਅਤੇ ਸਵੇਰੇ ਸਵੇਰੇ ਮੈਂ ਪਹਿਲਾਂ ਲਾਈਟਾਂ ਲਾਉਣ ਲੱਗ ਪਈ। ਮੈਂ ਕਿਹਾ ਪਹਿਲਾਂ ਲਾਈਟਾਂ ਲਾ ਕੇ ਅਤੇ ਮੰਮਾ ਥੱਲੇ ਝਾੜੂ ਲਾਉਂਦੇ ਪਏ ਸੀਗੇ। ਉਸ ਤੋਂ ਬਾਅਦ ਕੰਬਲ ਧੋਣ ਵਾਲੇ ਸੀ, ਕੰਬਲ ਧੋਣ ਲੱਗ ਪਈ ਮੈਂ। ਅਤੇ ਕਿਉਂਕਿ ਹੁਣ ਠੰਡ ਜ਼ਿਆਦਾ ਹੋ ਗਈ, ਨੋਰਮਲ ਜਿਹੜੇ ਕੰਬਲ ਆ ਉਹ ਲਿੱਤੇ ਨਹੀਂ ਜਾਂਦੇ ਸੀ, ਭਾਰੇ ਟਰੰਕ 'ਚੋਂ ਕੱਢੇ ਸੀ ਪੇਟੀ 'ਚੋਂ। ਅਤੇ ਕਿ ਜਿਹੜੇ ਹਲਕੇ ਆ ਉਹ ਧੋ ਲੈਂਦੇ, ਨਾਲੇ ਧੁੱਪ ਚੜ੍ਹੀ ਹੋਈ ਆ। ਸਿਹਤ ਹੋ ਗਈ ਸੀ ਢਿੱਲੀ, ਅਤੇ ਡਾਕਟਰ ਨੂੰ ਬੁਲਾਇਆ ਸੀ, ਡਾਕਟਰ ਦਵਾਈ ਅਤੇ ਟੀਕਾ ਲਾ ਕੇ ਗਿਆ ਅਤੇ ਉੱਥੇ ਹੱਥ ਰੱਖਿਆ। ਮੈਂ ਕਿਹਾ ਕਿੱਦਾਂ ਹੋਇਆ ਜੀ? ਮੈਂ ਕੀ ਕੀਤੀ ਅੱਜ? ਮੈਂ ਕੀਤੀ ਅੱਜ ਫਰਿੱਜ ਦੀ ਸਫਾਈ। ਰਸੋਈ ਹੋ ਗਈ ਕਲੀਨ ਕਲੀਅਰ। ਹਾਏ ਗਾਇਸ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਮਾਈ ਨਿਊ ਬਲੌਗ। ਅਤੇ ਕੰਮ ਸਾਰਾ ਫਿਨਿਸ਼ ਹੋ ਗਿਆ, ਅੱਜ ਅਸੀਂ ਕੰਬਲ ਕੱਢੇ ਆ ਕਿਉਂਕਿ ਠੰਡ ਜ਼ਿਆਦਾ ਹੋ ਗਈ ਆ। ਆਹ ਦੇਖੋ ਧੁੱਪੇ ਪਾਏ ਹੋਏ ਆ, ਫੇਰ ਤਾਂ ਗਲਾਫ ਚੜਾਵਾਂਗੇ। ਆਹ ਦੇਖੋ ਜੀ ਕਿੱਦਾਂ ਲੰਬੇ ਪਏ, ਧੁੱਪ ਸੇਕ ਲਓ ਬਾਹਰ ਜਾ ਕੇ। ਚੱਲ ਮਹਿਕ ਟੀਵੀ ਛੱਡ ਦਿਓ। ਸਟੋਰ 'ਚ ਦੇਖੋ ਇੱਧਰ ਉੱਧਰ ਸਾਰਾ ਸਮਾਨ ਪਾਇਆ ਕਿਉਂਕਿ ਟਰੰਕ ਪੇਟੀ 'ਚੋਂ ਕੱਢੇ ਨਾ ਕੰਬਲ। ਅਤੇ ਹੁਣ ਚਾਹ ਪੀ ਕੇ ਫਿਰ ਅਸੀਂ ਰੱਖਾਂਗੇ ਇਹਦੇ ਵਿੱਚ, ਇਹਨੂੰ ਸੈੱਟ ਕਰਾਂਗੇ ਪੂਰਾ। ਜਾਣ ਲਈ ਤਿਆਰ ਹੈ, ਅੱਜ ਅਸੀਂ ਜਾਣਾ ਮਹਿਕ ਦੀ ਭੂਆ ਦੇ ਮੰਮਾ ਲਈ ਦਵਾਈ ਲੈਣ। ਇਹ ਹਜੇ ਸੋਚਦੇ ਪਏ ਕੱਪੜੇ ਕਿਹੜੇ ਪਾਵਾਂ ਕਿਹੜੇ ਨਾ ਪਾਵਾਂ। ਇੱਧਰ ਬਣਦੇ ਪਏ ਪਰੌਂਠੇ ਪਪੀਤੇ ਵਾਲੇ।
ਪਹੁੰਚ ਗਏ ਆ ਜਲੰਧਰ ਵਿੱਚ। ਬਸ 5 ਮਿੰਟ ਦਾ ਰਸਤਾ ਤੋਂ ਅਸੀਂ ਪਹੁੰਚ ਗਏ ਆ। ਗੱਡੀ ਇੱਥੇ ਖੜੀ ਕਰਨੀ ਪੈਣੀ ਕਿਉਂਕਿ ਇਹਨਾਂ ਦੀ ਗਲੀ ਜਿਹੜੀ ਉਹ ਛੋਟੀ ਆ। ਪਿੱਛੋਂ ਫਰੂ ਉਹ ਕੱਢ। ਪਹੁੰਚ ਗਏ ਆ। ਲੈ ਕੇ ਆਏ ਪਤੰਗ ਮਹਿਕ ਲਈ। ਥੋੜੇ ਆ ਇਹ, ਵਾਓ ਕਿੰਨੇ ਸੋਹਣੇ ਪਤੰਗ। ਤਲਾਵਾਂ ਸਹੀ ਪਈਆਂ। ਅਸੀਂ ਆ ਗਏ ਵਾਪਸ ਤੇ ਮੰਮਾ ਹੁਣੇ ਚਲੇ ਗਏ ਆ। ਹੁਣੇ ਲੱਗੇ ਹੋਏ ਆ ਪਤੰਗ ਉਡਾਉਣ। ਰਾਜਵੀਰ ਦੇ ਹੱਥ ਚ ਤਾਂ ਬੱਚਾ ਲੱਗਦਾ ਉਹ। ਚੱਲ ਚੱਲ ਚੜਾ ਚੜਾ ਰਾਜਵੀਰ ਦੇ ਇਹਨੂੰ ਹਲੇ ਨੂੰ। ਜੇਠਾ ਐਤਵਾਰ ਹੈ ਤਾਂ ਉਹ ਮੁੰਡਾ ਸਾਡੇ ਕੜਾ ਮੈਂ ਇਕੱਲੀ ਇਹ ਗਰਮ ਕਰਨ ਲਈ ਲੱਗਦੀ ਹੈ ਕਿਉਂਕਿ ਮੈਂ ਨੂੰ ਹਜੇ ਥੋੜ੍ਹਾ ਰੇਸ਼ਾ ਹੈ ਇਸ ਲਈ ਇਹਦੀ ਛਾਤੀ ਲੱਗ ਗਈ। ਅੱਛੀ ਤਰ੍ਹਾਂ ਪੋ ਕੰਬਲ ਲੈ ਲਓ ਉੱਪਰ। ਅਸੀਂ ਬਲੌਗ ਨੂੰ ਇੱਥੇ ਐਂਡ ਕਰਦੇ ਹਾਂ। ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਬਾਏ, ਗੁੱਡ ਨਾਈਟ। ਦੇਖੋ ਮੈਕਸ ਹੋ ਗਈ ਹੈ, ਮੈਂ ਕਿੰਨੀਆਂ ਕਰਦੀ ਪਈ ਹੈ ਦਵਾਈ ਖਾ ਕੇ।